केपीडी न्यूज, हक सच और इंसाफ की आवाज। केपीडी न्यूज, हक सच और इंसाफ की आवाज। संगरूर के भगवानपुरा में हुए फतेहवीर की मृत्यु के दुख में फतेह को श्रद्धांजलि देने के लिए इकट्ठे हुए। इस मौके जहां बच्चों और युवाओं ने हाथों में पकड़े बैनर से मुख्यमंत्री अमरिंदर सिंह के इस्तीफे की मांग की। युवाओं का कहना था कि फतेह की मृत्यु नहीं बल्कि सरकार और प्रशासन की लापरवाही के कारण फतेहवीर का कत्ल किया गया है। युवाओं द्वारा सीधे तौर पर मुख्यमंत्री को फतह का गुनहगार बताते हुए मुख्यमंत्री पद से इस्तीफे देने की मांग करते हुए नारे करके जमकर कोसा गया। प्रदर्शनकारियों ने सरकार से यह भी मांग की हर शहर में बने बोरवेल और अन्य गहरे खड्डों को बंद किया जाए ताकि किसी को बच्चे की जान सरकार और प्रशासन की लापरवाही से ना जा पाए। पूरे देश में जहां लोगों द्वारा सरकारों को जमकर कोसा जा रहा है, कहीं प्रधानमंत्री मोदी की खिलाफत और कहीं पंजाब मुख्यमंत्री इस्तीफे की मांग की जा रही है और जमकर सरकार के खिलाफ रोष प्रकट किया जा रहा है। पर हम अपने माध्यम से हर माता पिता को भी गुजारिश करते हैं कि हमें भी थोड़ा और सतर्क रहने की जरूरत है ताकि किसी मां की गोद सरकारों की नाकामियों की वजह से कभी खाली ना हो पाए। खुशबू पंजाब दी के लिए जलंधर से सुशील हंस और सुखविंदर सिंह की विशेष रिपोर्ट। ਜਿਹੜਾ ਅੱਜ ਪ੍ਰੋਟੈਸਟ ਕੀਤਾ ਕੈਂਡਲ ਮਾਰਚ ਕੱਢਿਆ ਸੀਗਾ, ਸਾਰਾ ਕੀ ਹੈਗਾ, ਕੀ ਕਹਿਣਾ ਚਾਹੁੰਦੇ ਇਸ ਬਾਰੇ? ਸਰ, ਅਸੀਂ ਅੱਜ ਸਾਰਾ ਯੂਥ ਇਸ ਲਈ ਇਕੱਠਾ ਹੋਇਆ ਵਾ ਕਿ ਸਾਡੇ ਫਤਿਹਵੀਰ ਨਾਲ ਜੋ ਦੁਰਘਟਨਾ ਵਾਪਰੀ ਆ ਉਹ ਸਾਨੂੰ ਬਹੁਤ ਦੁੱਖ ਲੱਗਾ ਵਾ। ਜੋ ਸਰਕਾਰ ਨੂੰ ਕਰਨਾ ਚਾਹੀਦਾ ਸੀ ਉਹ ਸਰਕਾਰ ਨੇ ਮੌਕੇ 'ਤੇ ਨਹੀਂ ਕੀਤਾ। ਸਰਕਾਰ ਨੂੰ ਜੋ ਟੀਮ ਸਰਕਾਰ ਨੇ ਭੇਜੀ ਸੀ ਉਹਨਾਂ ਨੇ ਆਪਣੀ ਸਪੀਡ ਨਾਲ ਕੰਮ ਨਹੀਂ ਕੀਤਾ। ਜੇਕਰ ਉਹ ਸਪੀਡ ਨਾਲ ਕੰਮ ਕਰ ਦਿੰਦੇ ਸ਼ਾਇਦ ਫਤਿਹਵੀਰ ਅੱਜ ਇਸ ਦੁਨੀਆ ਵਿੱਚ ਹੁੰਦਾ। ਇਸ ਕਰਕੇ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣਾ ਜੋ ਕੰਮ ਕਰਨਾ ਸਹੀ ਤਰੀਕੇ ਨਾਲ ਕੀਤਾ ਜਾਵੇ। ਕੈਂਡਲ ਮਾਰਚ ਅਸੀਂ ਅੱਜ ਇਸ ਲਈ ਕੱਢਿਆ ਕਿ ਅੱਗੇ ਤੋਂ ਕਿਸੇ ਵੀ ਬੱਚੇ ਨਾਲ ਐਸੀ ਦੁਰਘਟਨਾ ਨਾ ਵਾਪਰੇ। ਸਰਕਾਰ ਨੂੰ ਲੱਗਦਾ ਕਿ ਉੱਥੇ ਤਕਨੀਕ ਦੀ ਕਮੀ ਸੀਗੀ ਜਿਹੜੇ ਕਰਕੇ, ਕਿਉਂਕਿ 5 ਦਿਨ ਟਾਈਮ ਲੱਗਿਆ ਜਦਕਿ ਆਪਣੇ 1-2 ਦਿਨ 'ਚ ਸ਼ਾਇਦ ਉਹਨੂੰ ਕੱਢਿਆ ਜਾ ਸਕਦਾ ਸੀਗਾ, ਤਕਨੀਕ ਦੀ ਕਮੀ ਲੱਗੀ ਤੁਹਾਨੂੰ ਉੱਥੇ? ਅਤੇ ਮੁੱਖ ਮੰਤਰੀ ਤਾਂ ਹਾਲੇ ਤੱਕ ਵੀ ਨਹੀਂ ਗਏ ਹੈਗੇ ਉੱਥੇ? ਹਾਂਜੀ ਹਾਂਜੀ, ਸਰਕਾਰ ਨੂੰ ਕੋਈ ਵੀ ਤਕਨੀਕ ਫਾਸਟ ਕਰਨੀ ਚਾਹੀਦੀ ਸੀਗੀ ਜੋ ਉਹਨੂੰ ਵੀ 5 ਦਿਨ ਲਈ ਕੱਢਿਆ ਗਿਆ। 5 ਦਿਨ ਤੋਂ ਫਾਸਟ ਕੰਮ ਕਰਦੇ, 5 ਦਿਨ ਤੋਂ ਕੀ ਪਤਾ ਪਹਿਲੇ ਵੀ ਨਿਕਲੇ ਜਾਂਦਾ, ਇਸ ਕਰਕੇ ਉਹ ਬੱਚਾ ਬਚ ਸਕਦਾ ਸੀ। ਜੋ ਕਿ ਸਰਕਾਰ ਨੇ ਆਪਣੇ ਢਿੱਲੇ ਕੰਮ ਕਰਨ ਨਾਲ ਬੱਚਾ ਇਸ ਦੁਨੀਆ ਤੋਂ ਗਵਾ ਚੁੱਕੇ ਆ। ਕਿ ਸਰਕਾਰ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਕਿ ਨਾ ਉੱਥੇ ਹਾਲੇ ਤੱਕ ਨਾ ਕੋਈ ਉੱਥੇ ਮੁੱਖ ਮੰਤਰੀ ਪਹੁੰਚਿਆ, ਨਾ ਕੋਈ ਪ੍ਰਧਾਨ ਜੀ ਪਹੁੰਚੇ ਉੱਥੇ। ਅਤੇ ਆਪਣੇ ਗਾਂ ਤੋਂ ਹੋਰ ਵੀ ਕਈ ਸ਼ਹਿਰਾਂ 'ਚ ਹੈਗੇ ਜਿੱਥੇ ਆਪਣੇ ਬੋਰਵੈਲ ਹੈਗੇ ਜਾਂ ਫਿਰ ਬੱਚੇ ਕਈ ਖੇਡਦੇ ਹੈਗੇ ਬਾਹਰ, ਗਰਮੀਆਂ ਜਦੋਂ ਮੌਸਮ ਹੈਗਾ, ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਕਿ ਹੋਰ ਕਿਸੇ ਵੀ ਆਪਣੇ ਫਤਿਹ ਵਰਗੇ ਆਪਣੇ ਦੋਸਤ? ਅਸੀਂ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਗਾਂ ਤੋਂ ਕੋਈ ਬੱਚੇ ਨਾਲ ਐਸੀ ਦੁਰਘਟਨਾ ਨਾ ਵਾਪਰੇ ਅਤੇ ਉਹ ਬੋਰ ਬੰਦ ਕਰਾਏ ਜਾਣ। ਜੇਕਰ ਕੋਈ ਐਸਾ ਹੀ ਦੁਰਘਟਨਾ ਵਾਪਰਦੀ ਆ ਉਹਨੂੰ ਮੌਕੇ 'ਤੇ ਫਾਸਟ ਕੰਮ ਕਰਾ ਕੇ ਉਸ ਪ੍ਰੋਬਲਮ ਨੂੰ ਸੋਲਵ ਕੀਤਾ ਜਾਵੇ। ਠੀਕ ਹੈ ਜੀ ਭਾਈ, ਤੁਸੀਂ ਜਿਹੜਾ ਇਸ ਬਾਰੇ ਕੀ ਕਹਿਣਾ ਚਾਹੁੰਗੇ, ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਗੇ? ਸਰਕਾਰ ਨੂੰ ਆਪਾਂ ਇਹ ਅਪੀਲ ਕਰਨਾ ਚਾਹੁੰਦੇ ਹਾਂ, ਜਿਹੜੇ ਇਹਨਾਂ ਨੇ 5-6 ਦਿਨ ਲਾਏ ਆ, ਪਹਿਲੇ ਦਿਨ ਵੀ ਕੰਮ ਹੋ ਸਕਦਾ ਸੀਗਾ। ਇਹਨਾਂ ਦੀ ਸਰਕਾਰ ਦੀ ਬਹੁਤ ਵੱਡੀ ਗਲਤੀ ਹੈਗੀ ਆ, ਇਹ ਪੂਰਾ ਕੈਪਟਨ ਸਰਕਾਰ ਜ਼ਿੰਮੇਵਾਰ ਹੈ ਇਸ ਕੰਮ ਲਈ। ਇਹ ਪਹਿਲੇ ਦਿਨ ਵੀ ਬੱਚੇ ਨੂੰ 2-3 ਘੰਟੇ ਵਿੱਚ ਕੱਢ ਸਕਦੇ ਸੀ, ਪਰ ਇਹਨਾਂ ਦੀ ਆਪਣੀ ਗਲਤੀ ਨਾਲ ਬੱਚੇ ਦੀ ਮੌਤ ਹੋਈ ਆ। ਮੈਂ ਸਾਡੇ ਜਿੰਨੇ ਵੀ ਯੁਵਾ ਆਏ ਆ ਸਾਰਿਆਂ ਦਿਲ 'ਚ ਬਹੁਤ ਵੱਡਾ ਰੋਸ਼ ਆ। ਫਤਿਹਵੀਰ ਦੇ ਕਾਤਲਾਂ ਨੂੰ
देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल KPD न्यूज़, हक सच और इंसाफ की आवाज़ आपको रखे सबसे आगे।